ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਅਤੇ ਦੋਸਤ ਅਮਰਦੀਪ ਸਿੰਘ ਪ੍ਰਿਆ। ਅਤੇ ਜਿਵੇਂ ਤੁਹਾਨੂੰ ਪਿਛਲੇ ਕਾਫ਼ੀ ਟਾਈਮ ਤੋਂ ਸ਼ਾਮ 84 ਪਿੰਡ ਘੁੰਮਾ ਰਿਹਾ ਹਾਂ, ਅਤੇ ਅੱਜ ਸ਼ਾਮ 84 ਪਿੰਡ ਦੇ ਵਿੱਚ ਸਥਿਤ ਮਸਜਿਦ ਜੋ ਕਿ 1947 ਤੋਂ ਪਹਿਲਾਂ ਦੀ ਹੈ, ਅਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਇਹ 400 ਸਾਲ ਪੁਰਾਣੀ ਹੈ। ਅਤੇ 47 ਤੋਂ ਪਹਿਲਾਂ ਇਸ ਵਿੱਚ ਨਵਾਜ਼ ਪੜ੍ਹੀ ਜਾਂਦੀ ਸੀ, ਅਤੇ 47 ਤੋਂ ਬਾਅਦ ਵਿੱਚ ਇਸੇ ਤਰੀਕੇ ਨਾਲ ਖਾਲੀ ਪਈ ਹੈ। ਅਤੇ ਇੱਥੇ ਦੇ ਬਸਿੰਦੇ ਜੋ 1947 ਵਿੱਚ ਮੁਸਲਮਾਨ ਸੀ, ਉਹ ਤੋਂ ਪਾਕਿਸਤਾਨ ਚਲੇ ਗਏ, ਪਰ ਇਹ ਇਮਾਰਤ ਇਸੇ ਤਰੀਕੇ ਨਾਲ ਹੀ ਖਾਲੀ ਪਈ ਹੈ। ਅਤੇ ਪੁਰਾਣੀਆਂ ਯਾਦਾਂ ਆਪਣੇ ਨਾਲ ਸਾਂਭੀ ਬੈਠੀ ਹੈ। ਬਹੁਤ ਹੀ ਖੂਬਸੂਰਤ ਹੈ ਇਹ ਇਮਾਰਤ, ਛੋਟੀਆਂ ਇੱਟਾਂ ਦੀ ਬਣੀ ਹੋਈ, ਜਿਨ੍ਹਾਂ ਨੂੰ ਨਾਨਕ ਸ਼ਾਹੀ ਇੱਟਾਂ ਵੀ ਕਹਿੰਦੇ ਹਨ। ਉਹਨਾਂ ਪੁਰਾਣੇ ਸਮਿਆਂ ਦੇ ਵਿੱਚ ਲੈ ਜਾਂਦੀ ਹੈ ਇਹ ਇਮਾਰਤ। ਸਾਰੇ ਧਰਮਾਂ ਦਾ ਸਾਂਝਾ ਪਿੰਡ ਏ ਸ਼ਾਮ 84। ਕਈ ਰਾਜ ਸਾਂਭੀ ਬੈਠਾ ਪਿੰਡ ਸ਼ਾਮ 84। ਅਤੇ ਬਹੁਤ ਹੀ ਪੁਰਾਣੀ ਇਮਾਰਤ। ਅਤੇ ਜੇ ਇਹ ਮੇਰੀ ਵੀਡੀਓ ਕੋਈ ਵੇਖ ਰਿਹਾ ਹੋਵੇ ਜੋ ਇਸ ਇਮਾਰਤ ਬਾਰੇ ਜਾਣਕਾਰੀ ਰੱਖਦਾ ਹੋਵੇ, ਜੋ ਇੱਥੇ 47 ਤੋਂ ਪਹਿਲਾਂ ਰਹਿੰਦੇ ਹੋਣ, ਕੋਈ ਯਾਦਾਂ ਜਾਂ ਕੋਈ ਜਾਣਕਾਰੀ ਪਤਾ ਹੋਵੇ ਤਾਂ ਇਹ ਜ਼ਰੂਰ ਸਾਂਝੀ ਕਰਿਆ ਕਰੋ ਵੀਡੀਓ ਦੇ ਵਿੱਚ ਕਮੈਂਟ ਕਰਕੇ, ਤਾਂ ਜੋ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ। ਮੇਰਾ ਮਕਸਦ ਇਹ ਪੁਰਾਣੀਆਂ ਵੀਡੀਓ ਪਾਉਣ ਦਾ ਇਹੀ ਆ ਕਿ ਆਪਣੇ ਪੁਰਾਣੇ ਵਿਰਸੇ ਨੂੰ ਸਾਂਭਿਆ ਜਾ ਸਕੇ, ਅਤੇ ਇਹ ਵੀਡੀਓ ਸਾਰਿਆਂ ਤੱਕ ਪਹੁੰਚ ਸਕਣ, ਅਤੇ ਆਪਣੇ ਵਿਰਸੇ ਨੂੰ ਵੇਖਣ ਦਾ ਮੌਕਾ ਮਿਲ ਸਕੇ। ਕਿਆ ਸ਼ਾਨਦਾਰ ਇਮਾਰਤ ਇਹ ਗੁੰਬਦ, ਕਿਵੇਂ ਅਸਮਾਨ ਨੂੰ ਛੂਹ ਰਹੇ ਹਨ, ਅਤੇ ਆਪਣੇ ਅੰਦਰ ਲੱਖਾਂ ਹੀ ਦਰਦ ਸਮੋਈ ਬੈਠੇ ਹਨ। ਹਜ਼ਾਰਾਂ ਵਾਰ ਇਸ ਇਮਾਰਤ ਨੇ ਪਿੰਡ ਨੂੰ ਵੱਸਦੇ ਅਤੇ ਉੱਜੜਦੇ ਵੇਖਿਆ ਹੋਵੇਗਾ, ਜਿਵੇਂ ਕਿ ਕਹਿਣ ਮੁਤਾਬਕ ਕਿ ਇਹ ਪਿੰਡ 7 ਵਾਰ ਗਰਕਿਆ, ਅਤੇ ਪਿੰਡ ਦੇ ਥੱਲੇ ਛੋਟੀਆਂ ਇੱਟਾਂ ਕਾਫੀ ਮਾਤਰਾ ਦੇ ਵਿੱਚ ਹਨ, ਅਤੇ ਉੱਪਰ ਦੇ ਉੱਪਰ ਅੱਗੇ ਇਮਾਰਤਾਂ ਬਣਦੀਆਂ ਰਹੀਆਂ। ਸੋ ਆਸ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੀ ਪਿਆਰ ਦੇਵੋਗੇ, ਅਤੇ ਜਿਵੇਂ ਮੈਂ ਬਾਕੀ ਵੀਡੀਓ ਜਾਂ ਪਿੰਡ ਬਾਰੇ ਜਾਣਕਾਰੀ ਦਿੱਤੀ, ਅਤੇ ਇਸ ਨੂੰ ਵੀ ਤੁਸੀਂ ਪਸੰਦ ਕਰੋਗੇ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।